ਬਾਲਣ ਸਾਡਾ ਨਾ ਗਿੱਲਾ ਵਾ ਤੇ ਮਾਸ਼ਾਅੱਲਾ ਇੱਥੇ ਅਸੀਂ ਪਿੰਡ ਪਹੁੰਚ ਗਏ बिलाल स्कूल चला गया कां जड़ा वा ना अपने सिर खाई जाता पता नहीं की कहता वा ते पहले भी मैं इन्हां नूं रोटी ते पानी परले पासे रख के ते इधर नूं आ गई बर्तन में धो लिया दूसरा ढक के रख ले घर की सारी सफाई कर ली आ ते हुण बिलाल दा इंतजार आ बिलाल आएगा स्कूलों ते उस तो बाद फिर किते जावांगी तुहाडे नाल शेयर भी करांगी ते मलाई मेरी ना दूसरा तकरीबन डेढ़ महीना हो गया मलाई इकट्ठी करती करती विच फिर मिस्त्री भाई भी लगे सीगे फिर दुध बचता भी नहीं सी इस करके ना डेढ़ महीना हो गया ते वो मैं ऊपर खाने च रखी सीगी ते अज ना मैं उन्हों ना थले रखांगी ते शाम तिकर पिघर जावे बर्फ जमी आ इस डोंगे दे विच ता गोश्त रखिया वा कट्टे दा मेरा जेड़ा छोटा जवाई है ना और दूसरा सिलंग दा काम भी करता वा माशाल्लाह ते दूसरा जानवरां दा भी करता वा व्यापार भी नाल कर लेंदा वा नाल जानवर जेड़े हैगे आ वो लाल भी कर लेंदे आ भी कसाईयां दा काम भी कर लेंदे आ ते माशाल्लाह काम जिंदगी दे विच इंसान नूं सारे होने चाहिए सी उहनां दे अबू भी यही काम करदे सीगे कसाईयां दा ते उन्हें मेरे वास्ते ना कल नहीं परसों गोश्त लेके आया सीगा ते कहंदे सी भी असी भी पकाया वा ते तुसी भी पका लो ते वो मैं फ्रिज च रखे सी दो दिन ते असी बिजी बहुत रहे हां ते फ्रिज च रखे सी मैं आख्या अज ना कढ के धो के फ्रिज च दोबारा रख लिया मैं आख्या पका लवांगी अज माशाल्लाह बर्फ जमी आ मलाई तो ते सारी मलाई थले रखांगी माशाल्लाह ये हैगी आ साडी पटारी रोटी रखण वाली ए जदों मैं पहले मियाँ वाली गई सी ना उदों मैं लैके आई सी कि मैनूं बड़ी प्यारी लगी छोटी जी आ ते बंदा इहदे विच रोटी ते नहीं रख सकदा लेकिन इहदे विच मियाँ वाली दियां जिहड़ियां औरतां हैगियां ना ओह इहदे विच सूई धागा इदां दियां छोटियां छोटियां जिहड़ियां चीज़ां वा ना इहदे विच रखदे लेकिन मैं इत्थे उपर ही रखी सीगी ते माशाल्लाह बड़ी प्यारी बनाई आ ਬਾਲਣ ਸਾਡਾ ਨਾ ਗਿੱਲਾ ਵਾ ਤੇ ਦੂਸਰਾ ਗੈਸ ਹੋਣ ਆਈ ਆ 12:30 ਤੇ ਮੈਂ ਕਿਹਾ ਜਲਦੀ ਜਲਦੀ ਨਾ ਆਟਾ ਗੁੰਨ ਲਵਾਂ ਤੇ ਦੁਪਹਿਰ ਦੀ ਰੋਟੀ ਪਕਾ ਲਵਾਂ ਇਹ ਫਿਰ ਚੱਲ ਜਾਣਾ ਵਾ ਹੁਣ ਅੱਧਾ ਘੰਟਾ ਜਾਂ ਘੰਟਾ ਰਹੇਗਾ ਫਿਰ ਇਹਨੇ ਚੱਲ ਜਾਣਾ ਵਾ ਤੇ ਫਿਰ ਸ਼ਾਮ ਨੂੰ ਪਤਾ ਨਹੀਂ ਕਿੰਨੇ ਵਜੇ ਆਏਗਾ ਮਾਸ਼ਾਅੱਲਾ ਦੁੱਧ ਜਿਹੜਾ ਵਾ ਨਾ ਉਬਲ ਗਿਆ ਵਾ ਤੇ ਜਿਹੜੀ ਛਾਬੀ ਦੇ ਵਿੱਚ ਮੈਂ ਆਟਾ ਸੁੱਕਾ ਰੱਖਦੀ ਆ ਨਾ ਉਹ ਮੈਂ ਭੇਂ ਕੇ ਰੱਖਿਆ ਵਾ ਮੈਂ ਆਖਿਆ ਧੋਣ ਵਾਲਾ ਹੋਇਆ ਸੀ ਮੈਂ ਆਖਿਆ ਉਹ ਮੈਂ ਧੋ ਲਵਾਂਗੀ ਤੇ ਪਲੇਟ ਦੇ ਵਿੱਚ ਮੈਂ ਆਟਾ ਚੁੱਕਿਆ ਰੋਟੀ ਮੈਂ ਆਖਿਆ ਜਲਦੀ ਜਲਦੀ ਬਣਾ ਲਵਾਂ ਉਬਲਣ ਵਾਸਤੇ ਮੈਂ ਆਖਿਆ ਉਬਲ ਜਾਵੇ ਤੇ ਮੈਂ ਆਖਿਆ ਇੱਕ ਇੱਕ ਆਂਡਾ ਨਾ ਖਾ ਲਵਾਂਗੇ ਸਰਦੀ ਆ ਤੇ ਰੋਟੀ ਜਿਹੜੀ ਆ ਨਾ ਉਹ ਤਾਂ ਮੈਂ ਬਣਾ ਲਈ ਆ ਅੱਜ ਦੁਪਹਿਰ ਦੀ ਰੋਟੀ ਖਾਣੀ ਸੀਗੀ ਮੈਂ ਕਿਹਾ ਦੁਪਹਿਰ ਦਾ ਜਿਹੜਾ ਖਾਣਾ ਵਾ ਨਾ ਤੇ ਉਹ ਨਾ ਚਟਣੀ ਦੇ ਨਾਲ ਮੈਂ ਕਿਹਾ ਖਾ ਲਈਏ ਤੇ
ਮਟਰਾਂ ਦੀ ਚਟਨੀ ਬਣਾਵਾਂਗੀ, ਮਟਰ ਤੇ ਟਮਾਟਰਾਂ ਦੀ। ਨਵੇਂ ਨਵੇਂ ਡਿਜ਼ਾਈਨ ਵਾਲੀ ਚਟਨੀ ਬਣਾ ਕੇ ਕੀ ਹੁੰਦੀ ਦਾ ਮਰੋੜਾ ਅਵੇ ਚਾ ਧਨੀਆ ਜਿਹੜਾ ਵਾ ਨਾ ਉਹ ਮੈਂ ਦੂਸਰਾ ਪੱਤਾ ਪੱਤਾ ਤੋੜ ਲਿਆ ਵਾ, ਅਤੇ ਪਹਿਲੇ ਆਹ ਦੂਸਰਾ ਮਟਰ ਕੁੱਟਾਂਗੀ, ਉਸ ਤੋਂ ਬਾਅਦ ਲਸਣ ਦੀ ਜਿਹੜੀ ਆ ਨਾ ਇੱਕ ਆਹ ਫਲੀ ਪਾਵਾਂਗੀ, ਇੱਕ ਮਿਰਚੀ ਜਿਹੜੀ ਆ, ਇੱਕ ਟਮਾਟਰ ਅਤੇ ਅਦਰਕ ਜਿਹੜਾ ਵਾ ਨਾ ਉਹ ਵੀ ਥੋੜ੍ਹਾ ਜਿਹਾ ਪਾਵਾਂਗੀ। ਮਾਸ਼ਾਅੱਲਾ ਚਟਨੀ ਸਾਡੀ ਤਿਆਰ ਹੋ ਗਈ ਆ, ਅਤੇ ਇਹਦੇ ਨਾਲ ਹੁਣ ਅਸੀਂ ਖਾਵਾਂਗੇ ਰੋਟੀ। ਜੀ ਜਿਹਨੇ ਸਾਡੇ ਨਾਲ ਦੂਸਰਾ ਰੋਟੀ ਖਾਣੀ ਆ ਅਤੇ ਆਣ ਕੇ ਸਾਡੇ ਨਾਲ ਰੋਟੀ ਖਾ ਸਕਦੇ ਆ। ਮੈਂ ਤਾਂ ਇੱਕ ਵਾਰੀ ਨਾ ਘਰ ਪੂਰਾ ਸਾਫ਼ ਕੀਤਾ ਵਾ, ਕਮਰਾ ਸੈਟਿੰਗ ਕੀਤੀ, ਉਸ ਤੋਂ ਬਾਅਦ ਮੈਨੂੰ ਸਰਦੀ ਲੱਗਦੀ ਸੀਗੀ ਅਤੇ ਥੋੜ੍ਹੀ ਦੇਰ ਨਾਲ ਮੈਂ ਕੰਬਲ 'ਚ ਪੈ ਗਈ, ਅਤੇ ਹੁਣ ਫਿਰ ਸ਼ੁਰੂ ਹੋ ਜਾਵਾਂਗੇ। ਚੱਲ ਸੋ ਚੱਲ ਖੜੇ ਮਟਕ ਤਾਂ ਬਿਲਾਲ ਪਿਲਾ ਦਾ ਚਿਰ ਗਿਰੂ ਬੰਦੀ ਕਾ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਮੁਰਗੀਆਂ ਜਿਹੜੀਆਂ ਨਾ ਬੜੀਆਂ ਖਰਾਬ ਆ, ਬਹੁਤ ਸ਼ੈਤਾਨੀਆਂ ਕਰਦੀਆਂ। ਮਾਸ਼ਾਅੱਲਾ ਬਹੁਤ ਹੀ ਟੇਸਟੀ ਚਟਨੀ ਬਣੀ ਆ, ਬਹੁਤ ਹੀ ਮਜ਼ੇਦਾਰ। ਅਸੀਂ ਤਾਂ ਦੁਪਹਿਰ ਦਾ ਜਿਹੜਾ ਖਾਣਾ ਸੀ ਨਾ ਖਾ ਲਿਆ ਵਾ, ਅਤੇ ਬਿਲਾਲ ਟਾਈਮ ਨਾਲ ਆ ਜਾਂਦਾ ਵਾ, ਬੜੇ ਬੇਟੇ ਨੂੰ ਨਾ 2:30 ਵਜੇ ਛੁੱਟੀ ਹੁੰਦੀ ਆ। ਅਸੀਂ ਜਾਣਾ ਸੀ ਬਾਹਰ ਕਿਤੇ, ਅਤੇ ਬਿਲਾਲ ਨੂੰ ਰੋਟੀ ਵੀ ਦੇ ਦਿੱਤੀ ਆ, ਸਾਲਣ ਵੀ, ਮੈਂ ਕਿਹਾ ਜਾ ਆਪਣੇ ਭਾਈ ਨੂੰ ਦੇ ਕੇ ਆ, ਅਤੇ ਚਾਬੀ ਵੀ ਫੜਾ ਕੇ ਆ ਗਿਆ। ਮੈਂ ਕਿਹਾ ਜਦੋਂ 2:30 ਵਜੇ ਛੁੱਟੀ ਹੋਏਗੀ ਨਾ, ਅਸੀਂ ਲੇਟ ਵੀ ਹੋਏ ਤਾਂ ਇਹਦੇ ਕੋਲ ਚਾਬੀ ਹੋਏਗੀ, ਤਾਲੇ ਖੋਲ੍ਹ ਲਏਗਾ। ਇਹ ਜਿਹੜੀਆਂ ਕੋਟੀਆਂ ਸੀ ਨਾ, ਜ਼ਿੱਪਾਂ ਖਰਾਬ ਸੀ, ਉਹ ਇੱਥੇ ਰਹਿ ਗਈਆਂ ਸੀ ਅਤੇ ਲੇਟ ਲਿਆਂਦੀਆਂ, ਅਤੇ ਮੈਂ ਕਿਹਾ ਚਲ ਇਹ ਵੀ ਨਾਲ ਦੇ ਕੇ ਆ ਜਾਵਾਂਗੇ। ਬਿਲਾਲ ਪੁੱਛਾ ਕੁੰਡੀਆਂ ਵਾਲਾ ਕੋਲ ਕਰਾ। ਮਾਸ਼ਾਅੱਲਾ ਇੱਥੇ ਅਸੀਂ ਪਿੰਡ ਪਹੁੰਚ ਗਏ ਹਾਂ, ਅਤੇ ਸਾਗ ਇੱਥੇ ਸਾਨੂੰ ਨਜ਼ਰ ਆਇਆ, ਅਤੇ ਮਾਸ਼ਾਅੱਲਾ ਬਹੁਤ ਹੀ ਪਿਆਰਾ ਸਾਗ ਆ। ਉਹ ਉਹਨਾਂ ਦੀ ਇਹ ਭੈਣੀ ਆ, ਅਸੀਂ ਭੈਣੀ ਤੋਂ ਪੁੱਛ ਕੇ ਨਾ ਭਾਈ ਕੋਲ, ਅਤੇ ਮੈਂ ਕਿਹਾ ਵੈਸੇ ਕਿਸੇ ਦੇ ਫਸਲ 'ਚ ਨਹੀਂ ਨੁਕਸਾਨ ਕਰਨਾ ਚਾਹੀਦਾ ਵਾ, ਕਿਉਂ ਨਵੇਂ ਨਵੇਂ ਪੱਠੇ ਆ ਲੋਕਾਂ ਦੇ, ਅੱਜ ਕੱਲ੍ਹ ਪੱਠੇ ਲੱਭਦੇ ਹੀ ਨਹੀਂ, ਅਤੇ ਮੈਂ ਕਿਹਾ ਸਾਨੂੰ ਥੋੜ੍ਹਾ ਜਿਹਾ ਸਾਗ ਚਾਹੀਦਾ ਵਾ, ਅਤੇ ਸਾਗ ਮੈਂ ਤੋੜਨ ਲੱਗੀ ਹਾਂ।
ਸਾਗ ਅਸੀਂ ਇੰਨਾ ਕੁ ਤੋੜ ਲਿਆ ਅਤੇ ਇਸ ਪੱਠਿਆਂ ਦੇ ਵਿੱਚ ਉਹਨਾਂ ਨੇ ਤਾਂ ਸਾਨੂੰ ਸਾਗ ਦੇ ਦਿੱਤਾ ਲੇਕਿਨ ਹੈ ਨਾ ਗੰਦਲ ਬਹੁਤ ਬਰੀਕ ਆ ਅਤੇ ਪੱਠੇ ਉਹਨਾਂ ਦੇ ਖਰਾਬ ਹੁੰਦੇ ਆ ਅਤੇ ਅਸੀਂ ਕਿਹਾ ਚਲੋ ਕੁਛ ਇਹ ਹੋ ਗਿਆ ਕੁਛ ਅੱਗੇ ਜਾ ਕੇ ਹੋਰ ਦੇਖ ਲਵਾਂਗੇ ਕੁਛ ਸਾਗ ਅਸੀਂ ਉੱਧਰੋਂ ਤੋੜ ਕੇ ਆਏ ਹਾਂ ਅਤੇ ਕੁਛ ਨਾ ਇੱਥੇ ਮੱਕੀ ਦੇ ਵਿੱਚ ਆ ਸਾਗ ਇਹ ਵੀ ਅਸੀਂ ਉਹ ਦੂਸਰਾ ਭਾਈ ਕੋਲ ਪੁੱਛ ਕੇ ਅਤੇ ਮੈਂ ਕਿਹਾ ਸਾਗ ਤੋੜ ਲਈਏ ਇੱਧਰ ਵਾਲੇ ਜ਼ਮੀਨ ਦਾ ਜਿਹੜਾ ਸਾਗ ਆ ਨਾ ਪਾਣੀ ਮਿੱਠਾ ਵਾ ਅਤੇ ਸਾਗ ਵੀ ਬਹੁਤ ਮਜ਼ੇਦਾਰ ਬਣਦਾ ਵਾ ਇਸ ਕਰਕੇ ਮੈਂ ਸਪੈਸ਼ਲ ਸਾਗ ਲੈਣ ਆਈ ਹਾਂ ਇੱਥੋਂ ਲਾਲ ਡਿੱਗ ਪਿਆ ਅੱਛਾ ਇੱਧਰ ਮਾਸ਼ਾਅੱਲਾ ਉਹਨਾਂ ਨੇ ਗਾਜਰਾਂ ਬੀਜੀਆਂ ਵਾ ਸਰਦੀਆਂ ਦੀ ਜਿਹੜੀ ਸਬਜ਼ੀ ਹੈ ਨਾ ਬਹੁਤ ਮਜ਼ੇ ਦੀ ਹੁੰਦੀ ਆ ਗਾਜਰਾਂ ਉਹਨਾਂ ਨੇ ਬੀਜੀਆਂ ਵਾ ਉੱਧਰ ਉਹਨਾਂ ਨੇ ਗੁੱਸਾ ਆਲੂ ਵੀ ਬੀਜੇ ਹੋਏ ਆ ਅਤੇ ਗੋਭੀ ਹੋ ਗਈ ਮਟਰ ਹੋ ਗਿਆ ਇਹ ਸਭ ਸਬਜ਼ੀਆਂ ਸਰਦੀਆਂ 'ਚ ਲੋਕ ਬੀਜਦੇ ਆ ਮਾਸ਼ਾਅੱਲਾ ਘਰ ਆ ਗਏ ਹਾਂ ਮਿੱਟੀ ਮਿੱਟੀ ਹੋ ਗਏ ਹਾਂ ਅੱਜ ਇੰਨੀ ਮਿੱਟੀ ਹੈ ਨਾ ਘੱਟਾ ਅਤੇ ਮੱਸੇ ਘਰ ਪਹੁੰਚੇ ਮੇਰੀਆਂ ਤਾਂ ਅੱਖਾਂ ਹੀ ਨਹੀਂ ਖੁੱਲਦੀਆਂ ਮੈਂ ਤਾਂ ਘਰੋਂ ਬਾਹਰ ਗਈ ਸੀਗੀ ਦੂਸਰਾ ਸਾਗ ਤੋੜਨ ਲੇਕਿਨ ਮੇਰੇ ਆਉਣ ਤੋਂ ਪਹਿਲੇ ਮੇਰੇ ਦੋ ਮਹਿਮਾਨ ਆਣ ਕੇ ਬੈਠੇ ਸੀਗੇ ਅਤੇ ਮੇਰੇ ਮਗਰ ਫੋਨ ਕੀਤਾ ਕਹਿੰਦੇ ਸੀ ਵੀ ਤੁਸੀਂ ਕਿੱਥੇ ਹੈ ਅਸੀਂ ਤੁਹਾਡੇ ਘਰ ਆਣ ਕੇ ਬੈਠੇ ਹਾਂ ਅਤੇ ਜਲਦੀ ਜਲਦੀ ਵਾਪਸ ਆਏ ਹਾਂ ਅਤੇ ਹੁਣ ਨਾ ਉਹਨਾਂ ਵਾਸਤੇ ਚਾਹ ਬਣਾਉਣ ਲੱਗੀ ਹਾਂ ਚਾਹ ਬਣਾ ਕੇ ਅਤੇ ਫਿਰ ਉਹਨਾਂ ਨੂੰ ਚਾਹ ਪਿਲਾਵਾਂਗੀ ਅਤੇ ਆਪ ਹੀ ਪੀਵਾਂਗੀ ਮੈਂ ਤਾਂ ਹੁਣ ਆਪਣੀ ਬੇਟੀ ਦੇ ਘਰ ਵੀ ਚਾਹ ਪੀ ਕੇ ਆਈ ਹਾਂ ਲੇਕਿਨ ਹੁਣ ਦੁਬਾਰਾ ਪੀ ਲਵਾਂਗੀ ਲੱਗੀ ਪਹਿਲੇ ਤਾਂ ਮੈਂ ਚਾਹ ਬਣਾਉਣ ਲੱਗੀ ਸੀਗੀ ਚੁੱਲ੍ਹੇ 'ਤੇ ਜਦੋਂ ਦੇਖੀ ਤਾਂ ਗੈਸ ਹੈ ਨਹੀਂ ਚੱਲ ਗਈ ਅਤੇ ਹੁਣ ਲੱਕੜਾਂ ਇਹ ਜਿਹੜੀਆਂ ਨਾ ਹੈ ਤਾਂ ਗਿੱਲੀਆਂ ਦੋ ਪਹੀਆਂ ਸੁੱਕੀਆਂ ਉਹ ਨਾਲ ਰਲਾ ਕੇ ਨਾ ਅਤੇ ਚਾਹ ਸਾਡੀ ਬਣ ਜਾਣੀ ਆ ਇਸ ਵੀਡੀਓ ਦਾ ਮੈਂ ਇੱਥੇ ਕਰਾਂਗੀ ਐਂਡ ਅੱਜ ਦਾ ਵੱਲੋਂ ਮੇਰਾ ਇਹ ਸੀ ਅਗਰ ਮੇਰਾ ਵੱਲੋਂ ਪਸੰਦ ਆਇਆ ਹੋਵੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਸ਼ੇਅਰ ਜ਼ਰੂਰ ਕਰੇ ਕਿਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼